ਅਕਾਲ ਸਾਹਿਬ। ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਸਾਰੀ ਦੁਨੀਆ ਨੂੰ ਅਕਾਲ ਪੁਰਖ ਜੀ ਨੇ ਆਪਣਾ ਆਪਣਾ ਮਨ ਦਿੱਤਾ ਹੈ, ਆਪਣਾ ਆਪਣਾ ਮੁਖੜਾ ਦਿੱਤਾ ਹੈ। ਹਰ ਬੰਦੇ ਕੋਲ, ਹਰ ਬੰਦੀ ਕੋਲ ਦੁਨੀਆ ਤੇ ਜੋ ਕੁਝ ਵੀ ਆਕਾਰ ਹੋ ਕੇ ਪਸਰਿਆ ਹੋਇਆ ਹੈ, ਸਭ ਦੇ ਆਪਣੇ ਆਪਣੇ ਮੁਖੜੇ ਹਨ, ਆਪਣੀ ਆਪਣੀ ਰਸਨਾ ਹੈ, ਆਪਣਾ ਆਪਣਾ ਮਨ ਹੈ। ਇਹ ਸਾਰੀਆਂ ਦਾਤਾਂ ਕਿਸਨੇ ਦਿੱਤੀਆਂ ਹਨ? ਅਕਾਲ ਪੁਰਖ ਵਾਹਿਗੁਰੂ ਜੀ ਨੇ। ਪਰ ਬੰਦਾ ਤੇ ਬੰਦੀ ਇਹ ਜਾਣਦੇ ਹਨ, ਇਹ ਸਭ ਕੁਝ ਮੇਰਾ ਆਪਣਾ ਹੈ, ਮਾਈ ਓਨ ਲਾਈਫ, ਇੰਜ ਕਹਿ ਦਿੰਦੇ ਹਨ, ਇਹ ਮੇਰਾ ਆਪਣਾ ਸਰੀਰ ਹੈ। ਭੁੱਲ ਜਾਂਦੇ ਹਨ ਇਹ ਤਾਂ ਸਭ ਕੁਝ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਦਾਤਾਂ ਹਨ, ਉਹਦੀਆਂ ਦਿੱਤੀਆਂ ਹੋਈਆਂ ਹਨ, ਜਿਹਦੇ ਵਿੱਚ ਮਨ ਰਹਿ ਰਿਹਾ ਹੈ। ਆਪਣਾ ਆਪਣਾ ਮਨ ਜੋੜਨਾ ਕਰੋ। ਧੰਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਮਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਜੁੜ ਗਿਆ, ਹੱਥਾਂ ਨੂੰ ਆਦਤ ਪੈ ਜਾਵੇਗੀ ਸੇਵਾ ਕਰਨ ਦੀ, ਅੱਖਾਂ ਵੀ ਗਿੱਜ ਜਾਣਗੀਆਂ ਗੁਰੂ ਜੀ ਦੇ ਜਾ ਕੇ ਦਰਸ਼ਨ ਕਰਨ ਲੱਗ ਪੈਣਗੀਆਂ, ਇਹਨਾਂ ਨੂੰ ਵੀ ਆਦਤ ਪੈ ਜਾਵੇਗੀ ਗੁਰਦੁਆਰੇ ਚੱਲੀਏ, ਚੱਲ ਕੇ ਗੁਰੂ ਦੇ ਦਰਸ਼ਨ ਕਰੀਏ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੈਰ ਵੀ ਚੱਲਣ ਲੱਗ ਪੈਣਗੇ। ਜਿਹੜੀਆਂ ਕਰਮ ਇੰਦਰੀਆਂ ਅੱਜ ਵਾਹਿਗੁਰੂ ਦੇ ਰਾਹ ਵੱਲ ਨਹੀਂ ਚੱਲਦੀਆਂ, ਹੋਰ ਕੋਈ ਰਸਤਾ ਵੀ ਨਹੀਂ ਬਿਨਾਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਗੁਰਬਾਣੀ ਪੜ੍ਹਨ ਤੋਂ, ਧੰਨ ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਪੜ੍ਹਨ ਤੋਂ, ਸਤਿਗੁਰਾਂ ਦਾ ਜੀਵਨ ਪੜ੍ਹਨ ਤੋਂ, ਵਾਹਿਗੁਰੂ ਵਾਹਿਗੁਰੂ ਜਪਣ ਤੋਂ ਕੋਈ ਰਾਹ ਨਹੀਂ ਜਿਹਦੇ ਨਾਲ ਇਸ ਤਨ ਰੂਪੀ ਦਰਖਤ ਨੂੰ, ਕਿੰਨਾ ਕੁਝ ਲੱਗਾ ਹੋਇਆ ਹੈ, ਅੱਖਾਂ ਹਨ, ਕੰਨ ਹਨ, ਹੱਥ ਹਨ, ਪੈਰ ਹਨ, ਕਿੰਨੀਆਂ ਕਰਮ ਇੰਦਰੀਆਂ ਹਨ, ਇਹ ਆਪਣਾ ਆਪਣਾ ਕੰਮ ਬਹੁਤ ਹੋਰ ਹੀ ਕਰ ਰਹੀਆਂ ਹਨ, ਕੁਰਾਹ ਪਈਆਂ ਹੋਈਆਂ ਹਨ, ਗੁਰੂ ਬਿਨਾਂ ਇਹਨਾਂ ਨੂੰ ਕੋਈ ਨਹੀਂ ਮੋੜਨ ਵਾਲਾ। ਪਿਆਰਿਓ, ਆਪਣਾ ਆਪਣਾ ਮਨ ਜੋੜੋ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਨਾਲ, ਗੁਰਬਾਣੀ ਦੇ ਨਾਲ। ਦਾਸਰਾ ਦਿਲਬਾਗ ਸਿੰਘ ਗੁਰਬਾਣੀ ਵਿਚਾਰ ਲੀਡਸ UK ਤੋਂ ਅੱਜ ਕੱਲ ਕਥਾ ਜਨਮ ਸਾਖੀ ਭਾਈ ਬਾਲਾ ਜੀ ਵਾਲੀ ਵਿੱਚੋਂ ਪੜ੍ਹ ਪੜ੍ਹ ਕੇ ਸਾਧ ਸੰਗਤ ਨੂੰ ਸੁਣਾ ਰਿਹਾ ਹੈ। ਜਿਵੇਂ ਜਿਵੇਂ ਸ਼ਬਦ ਲਿਖੇ ਹੋਏ ਹਨ, ਕਿਉਂਕਿ ਗੁਰਬਾਣੀ ਦੇ ਪ੍ਰਮਾਣ ਦਾਸਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਵੀ ਦੇ ਦਿੰਦਾ ਹੈ, ਕਿਉਂਕਿ ਗੁਰਬਾਣੀ ਸਾਡੀ ਗੁਰੂ ਹੈ। ਜਿਵੇਂ ਜਿਵੇਂ ਭਾਈ ਬਾਲਾ ਜੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਨਾਲ ਰਹੇ ਹਨ, ਭਾਈ ਮਰਦਾਨਾ ਜੀ ਵੀ ਨਾਲ ਰਹੇ ਹਨ, ਜਿਵੇਂ ਜਿਵੇਂ ਧੰਨ ਗੁਰੂ ਅੰਗਦ ਦੇਵ ਜੀ ਹੁਕਮ ਕਰਦੇ ਹਨ, ਮਰਦਾਨਿਆ ਸਾਨੂੰ ਸਤਿਗੁਰਾਂ ਦੇ ਕੌਤਕ ਚੋਜ ਜਿਹੜੇ ਹਨ ਉਹ ਸੁਣਾਉਣੇ ਕਰ, ਤੂੰ ਨਾਲ ਰਹਿਣਾ ਹੈ ਸਤਿਗੁਰਾਂ ਦੇ, ਜਿਹਦਾ ਨਾਮ ਹੈ ਜਨਮ ਸਾਖੀ ਭਾਈ ਬਾਲਾ ਵਾਲੀ। ਸਾਖੀਆਂ ਵੱਖ ਵੱਖ ਹਿੱਸੇ ਜਿਹੜੇ ਹਨ, ਕੋਈ ਉਨਾ ਪਰਬਤ ਦਾ, ਕੋਈ ਸਿਲਕਾ ਪਰਬਤ ਦਾ, ਕੋਈ ਸੁਮੇਰ ਪਰਬਤ ਦਾ,
ਇੰਜ ਕਰਕੇ ਜਨਮ ਸਾਖੀ ਵਿੱਚ ਲਿਖੇ ਹੋਏ ਹਨ। ਪਰ ਸਾਖੀ ਦਾ ਭਾਵ ਹੈ ਭਾਈ ਬਾਲਾ ਜੀ ਸਾਖੀ ਹਨ, ਵਿਟਨੈਸ ਹਨ। ਭਾਈ ਬਾਲਾ ਜੀ ਨੇ ਜੋ ਜੋ ਦੇਖਿਆ ਹੈ ਸਾਖੀ ਹਨ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਪੁੱਛਣ ਤੇ ਦੱਸ ਰਹੇ ਹਨ। ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੋ ਸਾਡੇ ਦੂਸਰੇ ਸਤਿਗੁਰੂ ਹਨ, ਉਹ ਬੜੇ ਮਨ ਚਿੱਤ ਦੇ ਨਾਲ ਆਪਣੇ ਸਤਿਗੁਰਾਂ ਦੇ, ਆਪਣੇ ਰਹਿਬਰ, ਆਪਣੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਸੁਣਦੇ ਹਨ। ਸੁਲਤਾਨਪੁਰ ਦੇ ਖੱਤਰੀ ਹਨ ਪੈੜਾ ਮੋਖਾ ਜੀ, ਉਹ ਵੀ ਭਾਗਾਂ ਵਾਲੇ ਹਨ ਜਿਹੜੇ ਗੁਰੂ ਅੰਗਦ ਦੇਵ ਮਹਾਰਾਜ ਦੂਸਰੇ ਪਾਤਸ਼ਾਹ ਜੀ ਦੇ ਦਰਸ਼ਨ ਵੀ ਕਰ ਰਹੇ ਹਨ। ਤੇ ਜਿਵੇਂ ਜਿਵੇਂ ਭਾਈ ਬਾਲਾ ਜੀ ਸਾਖੀ ਬੋਲ ਰਹੇ ਹਨ, ਤਿਵੇਂ ਤਿਵੇਂ ਲਿਖ ਰਹੇ ਹਨ। ਕਾਫੀ ਸਮਾਂ ਭਾਈ ਮਰਦਾਨਾ ਜੀ ਵੀ ਨਾਲ ਰਹੇ ਹਨ, ਭਾਈ ਸਾਹਿਬ ਜੀ, ਭਾਈ ਸੰਤੋਖ ਸਿੰਘ ਜੀ ਚੂੜਾਮਣੀ, ਉਹਨਾਂ ਨੇ ਬਹੁਤ ਸਾਰੀਆਂ ਸਾਖੀਆਂ ਨੂੰ ਪੜ੍ਹਿਆ ਹੈ, ਪਰ ਮੁੱਖ ਉਹਨਾਂ ਨੇ ਭਾਈ ਬਾਲਾ ਵਾਲੀ ਜਨਮ ਸਾਖੀ ਨੂੰ ਹੀ ਰੱਖਿਆ ਹੈ। ਉਹਨਾਂ ਨੇ ਭਾਈ ਸਾਹਿਬ ਜੀ ਨੇ, ਭਾਈ ਸੰਤੋਖ ਸਿੰਘ ਜੀ ਨੇ ਜਿਹੜੀ ਕਾਵ ਰਚਨਾ ਕੀਤੀ ਹੈ ਗੁਰ ਪ੍ਰਤਾਪ ਸੂਰਜ ਦੀ, ਉਹਨਾਂ ਨੇ ਵੀ ਭਾਈ ਬਾਲਾ ਵਾਲੀ ਜਨਮ ਸਾਖੀ ਨੂੰ ਮੁੱਖ ਰੱਖਿਆ ਹੈ ਅਤੇ ਭਾਈ ਬਾਲਾ ਜੀ ਨੂੰ ਸੁਣਾਉਣ ਵਾਲੇ ਗੁਰ ਪ੍ਰਤਾਪ ਸੂਰਜ ਵਿੱਚ ਮੁੱਖ ਰੱਖਿਆ ਹੈ। ਕਈ ਜਗ੍ਹਾ ਭਾਈ ਬਾਲਾ ਵਾਲੀ ਜਨਮ ਸਾਖੀ ਦੇ ਵਿੱਚ ਕਈ ਐਸੇ ਸ਼ਬਦ ਹਨ, ਪੂਰੀ ਕਥਾ ਕਰਨ ਤਾਂ ਸਮਾਂ ਲੱਗਦਾ ਹੈ। ਭਾਈ ਸਾਹਿਬ ਜੀ ਨੇ ਉਹਨਾਂ ਸ਼ਬਦਾਂ ਨੂੰ ਸ਼ੁੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਸੋਧ ਕੇ ਇਹ ਸਾਰੀਆਂ ਸਾਖੀਆਂ ਆਪਣੀ ਕਾਵ ਰਚਨਾ ਵਿੱਚ, ਕਿਉਂਕਿ ਕਵੀ ਸਨ ਭਾਈ ਸਾਹਿਬ ਜੀ, ਭਾਈ ਸੰਤੋਖ ਸਿੰਘ ਜੀ, ਬੜੀ ਉਹਨਾਂ ਦੀ ਸੇਵਾ ਹੈ ਸਿੱਖ ਪੰਥ ਦੇ ਵਿੱਚ, ਖਾਲਸਾ ਪੰਥ ਦੇ ਵਿੱਚ, ਸਾਰੇ ਸੰਸਾਰ ਦੇ ਵਿੱਚ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੀ ਸਤਿਗੁਰਾਂ ਦੀ ਲਿਖੀ ਹੋਈ ਉਸਤਤ ਗੁਰੂ ਘਰਾਂ ਵਿੱਚ ਸ਼ਾਮ ਨੂੰ ਕਥਾ ਹੁੰਦੀ ਹੈ, ਰਾਤ ਵੇਲੇ, ਸ਼ਾਮ ਵੇਲੇ। ਦੂਰ ਨਾ ਜਾਵਾਂ, ਇਹਨਾਂ ਸਾਖੀਆਂ ਨੂੰ ਸ਼ੁੱਧ ਕਰਕੇ ਵੀ ਭਾਈ ਸਾਹਿਬ ਜੀ, ਭਾਈ ਸੰਤੋਖ ਸਿੰਘ ਜੀ ਚੂੜਾਮਣੀ, ਉਹਨਾਂ ਨੇ ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖ ਦਿੱਤਾ ਹੈ। ਲੇਕਿਨ ਉਹ ਜੋ ਉਹਨਾਂ ਦੇ ਸਮੇਂ ਦੀ ਭਾਸ਼ਾ ਹੈ ਉਹ ਵੀ ਮਹਿੰਗੀ ਹੈ, ਜਨਮ ਸਾਖੀ ਦੀ ਬੋਲੀ ਵੀ ਮਹਿੰਗੀ ਹੈ। ਗੁਆਰਕੀ ਬੋਲੀ ਹੈ, ਸਿੰਧੀ ਬੋਲੀ ਹੈ, ਕਈ ਪ੍ਰਕਾਰ ਦੀਆਂ ਬੋਲੀਆਂ ਜਨਮ ਸਾਖੀ ਵਿੱਚ ਆ ਜਾਂਦੀਆਂ ਹਨ। ਹੁਣ ਦੇ ਸਮੇਂ ਵਿੱਚ ਬਹੁਤ ਵਿਸਥਾਰ ਦੇ ਨਾਲ ਨਾਮ ਸਾਧ ਸੰਗਤ ਨੂੰ ਸਮਝਾਇਆ ਜਾਵੇ, ਦੱਸਿਆ ਜਾਵੇ, ਛੇਤੀ ਸਮਝ ਨਹੀਂ ਪੈਂਦੀ। ਇਸ ਕਰਕੇ ਦਸਰਾ ਜੋ ਜੋ ਗੁਰ ਪ੍ਰਤਾਪ ਸੂਰਜ ਵਿੱਚ ਕਨਫਰਮਡ ਹੈ, ਅੱਜ ਦੀ ਸਾਖੀ ਦਸਰਾ ਉਧਰ ਵੀ ਦੇਖ ਲੈਂਦਾ ਹੈ ਤੇ ਭਾਈ ਬਾਲਾ ਜੀ ਦੀ ਜਨਮ ਸਾਖੀ ਵੀ ਤੱਕ ਲੈਂਦਾ ਹੈ, ਪੜ੍ਹ ਲੈਂਦਾ ਹੈ, ਸੂਰਜ ਪ੍ਰਕਾਸ਼ ਗ੍ਰੰਥ ਵੀ ਪੜ੍ਹ ਲੈਂਦਾ ਹੈ, ਤਾਂ ਕਿ ਸਾਧ ਸੰਗਤ ਗੁਰੂ ਨਾਨਕ ਸਾਹਿਬ ਜੀ ਦੇ ਹੁਕਮ ਜੋ ਹਨ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੁੜਨ ਦੇ, ਉਹ ਸੁਣ ਕੇ ਪੂਜਾ ਅਕਾਲ ਦੀ ਕਰਨ, ਪਰਚਾ ਸ਼ਬਦ ਦਾ ਜੋ ਹੈ
ਉਸ ਨਾਲ ਜੁੜੇ ਰਹਿਣ। ਅਤੇ ਹੁਣ ਦੇ ਸਮੇਂ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੁੜ ਕੇ ਆ ਥੋੜੀ ਜਿਹੀ 4 ਦਿਨਾਂ ਦੀ ਜ਼ਿੰਦਗੀ ਜਿਹੜੀ ਹੈ ਉਹਨੂੰ ਸਫਲ ਕਰ ਲੈਣ। ਪੰਗਰ ਨਾਥ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਕੋਲ ਆਇਆ ਹੈ, ਗੋਰਖ ਨਾਥ ਦੇ ਇਹ ਸਾਰੇ ਚੇਲੇ ਹਨ। ਭਰਥਰੀ ਨਾਥ ਵੀ ਆਇਆ ਹੈ, ਸਾਰਿਆਂ ਨੇ ਕੋਸ਼ਿਸ਼ ਕੀਤੀ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਕਿ ਤੁਸੀਂ ਯੋਗ ਮਤ ਵਿੱਚ ਆ ਜਾਓ। ਭਾਈ ਸਾਹਿਬ ਜੀ, ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਜੋ ਉਹਨਾਂ ਨੇ ਲਿਖੀਆਂ ਹਨ ਉਹਨਾਂ ਵਿੱਚ ਵੀ ਪੰਗਰ ਨਾਥ ਦਾ ਇਹ ਸਾਰੇ ਨਾਮ ਆ ਜਾਂਦੇ ਹਨ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪੰਗਰ ਨਾਥ ਨੂੰ ਵੀ ਆਖਿਆ ਸੀ, ਕਹਿ ਨਾਨਕ ਸੁਣ ਪੰਗਰ ਨਾਥਾ। ਕਈ ਸ਼ਬਦ ਐਸੇ ਹਨ ਜਿਹੜੇ ਜਨਮ ਸਾਖੀ ਵਿੱਚ ਹਨ, ਦਾਸਰਾ ਜਿਵੇਂ ਲਿਖਿਆ ਹੈ 245 ਅੰਗ ਤੇ, ਨਾਲ ਆਪ ਜੀ ਨੂੰ ਅੰਗ ਵੀ ਦੱਸ ਦਿੰਦਾ ਹੈ, ਤਿਵੇਂ ਪੜ੍ਹ ਦਿੰਦਾ ਹੈ। ਅਤੇ ਗੁਰਮੁਖੀ ਵਿੱਚ ਪੰਜਾਬੀ ਵਿੱਚ, ਤਾਂ ਕਿ ਬੱਚੇ ਬੱਚੀਆਂ ਸਾਰਿਆਂ ਨੂੰ ਇਹਨਾਂ ਸਾਖੀਆਂ ਦੀ ਸਮਝ ਲੱਗ ਜਾਵੇ। ਉਹ ਲੱਥਾ ਕਥਾ ਕਰਨ ਦੀ ਕੋਸ਼ਿਸ਼ ਕਰਦਾ ਹੈ ਵਰਡ ਬਾਈ ਵਰਡ, ਸਿੱਧੀ ਨਹੀਂ ਪੜ੍ਹ ਰਿਹਾ, ਪੜ੍ਹ ਪੜ੍ਹ ਕੇ ਉਹਨਾਂ ਦੇ ਅਰਥ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਹੋ ਸਕਦਾ ਹੈ ਕੋਈ ਮਨ ਸੁਣ ਲਵੇ, ਆਪਣੇ ਦੁੱਖਾਂ ਪਾਪਾਂ ਦਾ ਨਾਸ਼ ਕਰ ਲਵੇ। ਸੁਣਿਆ ਦੁੱਖ ਪਾਪ ਕਾ ਨਾਸ਼। ਆਪ ਜੀ ਨੇ ਪਹਿਲੇ ਸਰਵਣ ਕੀਤਾ ਹੈ ਸਾਖੀ ਸਿਲਕਾ ਪਰਬਤ ਦੀ 244 ਅੰਗ ਤੋਂ, ਕਹਿ ਨਾਨਕ ਸੁਣ ਪੰਗਰ ਨਾਥਾ। ਪੰਗਰ ਨਾਥ ਆਇਆ ਸੀ ਤਾਂ ਝੂਠੀ ਅਵਧ ਵਧਾਈ, ਹੋਰ ਵੀ ਬੜੇ ਬਚਨ ਕੀਤੇ ਸਨ, ਵਾਰਤਾਲਾਪ ਕੀਤੀ ਸੀ, ਆਖਰ ਅਲੋਪ ਹੋ ਗਿਆ ਸੀ, ਸਤਿਗੁਰਾਂ ਨੂੰ ਨਮਸਕਾਰ ਕਰਕੇ ਅਲੋਪ ਹੋ ਗਿਆ ਸੀ ਗੋਰਖ ਦੇ ਅੱਗੇ ਜਾ ਕੇ। ਉਸ ਅਲੋਪਤਾ ਨੂੰ ਭੰਗ ਕਰਕੇ ਪ੍ਰਗਟ ਹੋਏ ਬੈਠਾ ਸੀ। ਜਦੋਂ ਦਾਸਰੇ ਨੇ ਆਖਿਆ ਹੈ ਜਨਮ ਸਾਖੀ ਦੇ ਅੰਗ 245 ਤੇ ਲਿਖਿਆ ਹੈ, ਬੋਲੋ ਭਾਈ ਜੀ ਵਾਹਿਗੁਰੂ, ਆਓ ਮਨ ਜੋੜੋ ਸਾਖੀ ਕੂਨਾ ਪਰਬਤ ਦੀ ਚੱਲੀ। ਇਹ ਸਾਰੀਆਂ ਸਾਖੀਆਂ ਭਾਈ ਸਾਹਿਬ ਜੀ, ਭਾਈ ਸੰਤੋਖ ਸਿੰਘ ਜੀ ਨੇ, ਜਿਨ੍ਹਾਂ ਨੇ ਬੜੀ ਸੇਵਾ ਕੀਤੀ ਹੈ ਗੁਰੂ ਘਰ ਦੀ। ਬੜਾ ਇਤਿਹਾਸ ਲਿਖਿਆ ਹੈ ਕਾਵਿ ਰਚਨਾ ਦੇ ਵਿੱਚ, ਗੁਰਪ੍ਰਤਾਪ ਸੂਰਜ ਦੇ ਵਿੱਚ। ਉੱਥੋਂ ਵੀ ਤੁਸੀਂ ਪੜ੍ਹ ਸਕਦੇ ਹੋ, ਇੱਥੋਂ ਵੀ ਪੜ੍ਹ ਸਕਦੇ ਹੋ ਜਨਮ ਸਾਖੀ ਵਿੱਚੋਂ। ਪਰ ਲਿਖਤਾਂ ਮਹਿੰਗੀਆਂ ਹਨ, ਆਮ ਛੇਤੀ ਸਮਝ ਨਹੀਂ ਪੈਂਦੀ। ਬੜੇ ਧਿਆਨ ਨਾਲ ਹਿਰਦੇ ਵਿੱਚ ਜੇ ਕਿਤੇ ਇਹ ਵਸ ਜਾਣ ਤਾਂ ਜ਼ਿੰਦਗੀ ਸਫਲ ਹੋ ਜਾਂਦੀ ਹੈ। ਤਾਂ ਸਿਲਕਾ ਪਰਬਤ ਤੋਂ ਤਾਂ ਉਥੋਂ ਗੁਰੂ ਨਾਨਕ ਜੀ ਅੰਤਰ ਧਿਆਨ ਹੋਏ। ਧੰਨ ਗੁਰੂ ਨਾਨਕ ਸਾਹਿਬ ਜੀ ਭਾਈ ਬਾਲਾ ਤੇ ਮਰਦਾਨਾ ਸਿਲਕਾ ਪਰਬਤ ਤੋਂ ਨੇਤਰ ਬੰਦ ਕੀਤੇ ਅੰਤਰ ਧਿਆਨ ਹੋ ਗਏ, ਜਿਵੇਂ ਬੇਬੇ ਨਾਨਕੀ ਜੀ ਦੇ ਕੋਲ ਚਲੇ ਗਏ ਸਨ। ਆਖਿਆ ਸੀ ਭਾਈ ਬਾਲਾ, ਭਾਈ ਮਰਦਾਨਾ, ਨੇਤਰ ਬੰਦ ਕਰ। ਜਦੋਂ ਨੇਤਰ ਖੋਲਣ ਵਾਸਤੇ ਕਿਹਾ ਤੇ ਸਤਿਗੁਰੂ ਜੀ ਸੁਲਤਾਨਪੁਰ ਪਹੁੰਚੇ ਹੋਏ ਸਨ। ਬੇਬੇ ਜੀ ਦਾ ਬੂਹਾ ਜਾ ਖੜਕਾਇਆ ਸੀ। ਸਿਲਕਾ ਪਰਬਤ ਤੋਂ ਅੰਤਰ ਧਿਆਨ ਹੋਏ ਤੇ ਕੂਨਾ ਪਰਬਤ
ਉੱਪਰ ਜਾਏ ਖੜੇ ਹੋਏ, ਉਹਨਾਂ ਪਰਬਤ ਤੇ ਜਾ ਕੇ ਖਲੋ ਗਏ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਮਰਦਾਨਾ ਪੁੱਛ ਲਿਆ ਕਰਦਾ ਸੀ ਸਤਿਗੁਰੂ ਜੀ, ਤਾਂ ਮਰਦਾਨੇ ਪੁੱਛਿਆ ਜੀ ਹੁਣ ਕਿੱਥੇ ਆਏ, ਅਸੀਂ ਕਿੱਥੇ ਹਾਂ ਸਤਿਗੁਰੂ ਜੀ, ਅਸੀਂ ਕਿੱਥੇ ਹਾਂ। ਤਾਂ ਧੰਨ ਗੁਰੂ ਨਾਨਕ ਜੀ ਆਖਿਆ, ਮਰਦਾਨਾ ਅਸੀਂ ਉਹਨਾਂ ਪਰਬਤ ਉੱਤੇ ਆਏ ਹਾਂ, ਐ ਮਰਦਾਨਾ ਅਸੀਂ ਇਸ ਵੇਲੇ ਉਹਨਾਂ ਪਰਬਤ ਦੇ ਉੱਤੇ ਹਾਂ, ਖਲੋਤੇ ਹਾਂ। ਤਾਂ ਫੇਰ ਮਰਦਾਨੇ ਪੁੱਛਿਆ ਜੀ ਅਸੀਂ ਸਿਲਕਾ ਪਰਬਤ, ਸਿਲਕ ਪਰਬਤ ਪਾਸੋਂ ਕਿਤਨੇ ਯੋਜਨ ਆਏ ਹਾਂ ਸਤਿਗੁਰੂ ਜੀ, ਪਹਿਲਾਂ ਅਸੀਂ ਸਿਲਕਾ ਪਰਬਤ ਤੇ ਸੀ, ਉੱਥੋਂ ਹੁਣ ਇਹ ਉਹਨਾਂ ਪਰਬਤ ਕਿਤਨੇ ਯੋਜਨ ਹੈ, ਅਸੀਂ ਕਿਤਨੇ ਯੋਜਨ ਆਏ ਹਾਂ। ਜਿਵੇਂ ਅੱਜ ਕੱਲ ਮਾਈਲਸ ਹਨ, ਕਿਲੋਮੀਟਰ ਹਨ, ਪਹਿਲਿਆਂ ਸਮਿਆਂ ਵਿੱਚ ਯੋਜਨ ਸਨ। ਪਿਆਰਿਓ ਮਨ ਜੋੜ ਕੇ ਰੱਖਣਾ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਲ। ਗੁਰੂ ਨਾਨਕ ਸਾਹਿਬ ਜੀ ਬਹੁਤ ਵੱਡੇ ਹਨ, ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ, ਕਹਿ ਰਹੇ ਹਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ। ਧੰਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਇਸ ਵੇਲੇ ਕਲਯੁਗ ਵਿੱਚ ਹੁਣ ਵੀ ਬਿਨਾਂ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ, ਇਸ ਭਾਵ ਸਾਗਰ ਤੋਂ ਪਾਰ ਕਰਨ ਵਾਲਾ ਕੋਈ ਨਹੀਂ, ਦਾਸ ਕਥਾ ਕਰ ਰਿਹਾ ਹੈ ਭਾਈ ਬਾਲਾ ਜੀ ਵਾਲੀ ਜਨਮ ਸਾਖੀ ਵਿੱਚੋਂ ਨਾਲ ਨਾਲ ਸ਼ਬਦ ਲੈ ਰਿਹਾ ਹੈ। ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ, ਮਰਦਾਨੇ ਪੁੱਛਿਆ ਸਤਿਗੁਰ ਜੀ ਕੂਨਾ ਪਰਬਤ ਉੱਤੇ ਆਏ ਹਾਂ, ਇਹ ਕਿੰਨੇ ਯੋਜਨ ਉੱਚਾ ਹੈ। ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਕਹਿਆ ਆਖਿਆ, ਮਰਦਾਨਾ ਸਿਲਕਾ ਪਰਬਤ ਪਾਸੋਂ 47,000 ਯੋਜਨ ਆਏ ਹਾਂ, ਐ ਮਰਦਾਨਾ ਸਿਲਕਾ ਪਰਬਤ ਤੋਂ 47,000 ਯੋਜਨ, 47,000 47,000 ਯੋਜਨ ਆਏ ਹਾਂ। ਫਿਰ ਮਰਦਾਨੇ ਨੇ ਪੁੱਛਿਆ, ਗੁਰੂ ਜੀ ਭਾਈ ਸਾਹਿਬ ਜੀ ਭਾਈ ਸੰਤੋਖ ਸਿੰਘ ਜੀ ਵੀ ਇਸੇ ਤਰ੍ਹਾਂ ਆਪਣੀ ਕਾਵ ਰਚਨਾ ਦੇ ਵਿੱਚ ਗੁਰ ਪ੍ਰਤਾਪ ਸੂਰਜ ਵਿੱਚ ਮਰਦਾਨੇ ਦਾ ਨਾਮ ਲੈ ਰਹੇ, ਜੋ ਜੋ ਮਰਦਾਨਾ ਕੁਐਸਚਨ ਕਰਦਾ ਹੈ ਗੁਰ ਪ੍ਰਤਾਪ ਸੂਰਜ ਵਿੱਚ ਵੀ, ਭਾਈ ਸਾਹਿਬ ਜੀ ਨੇ ਵੀ ਆਪਣੀ ਕਾਵ ਰਚਨਾ ਵਿੱਚ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਗੁਰ ਪ੍ਰਤਾਪ ਸੂਰਜ ਦੇ ਵਿੱਚ ਇੰਜ ਹੀ ਲਿਖਿਆ ਹੈ ਕਿ ਮਰਦਾਨਾ ਪੁੱਛ ਰਿਹਾ ਹੈ। ਉਹ ਵੀ ਲਿਖਿਆ ਹੈ ਕਿ ਭਾਈ ਬਾਲਾ ਜੀ ਸੁਣਾ ਰਹੇ ਹਨ, ਗੁਰੂ ਅੰਗਦ ਦੇਵ ਜੀ ਸੁਣ ਰਹੇ ਹਨ, ਪੈੜਾ ਮੋਖਾ ਲਿਖ ਰਿਹਾ ਹੈ। ਇਹ ਸ਼ਬਦ ਵੀ ਗੁਰ ਪ੍ਰਤਾਪ ਸੂਰਜ ਦੇ ਵਿੱਚ ਦਾਸ ਨੇ ਪੜ੍ਹ ਲਏ ਹਨ। ਅਸੀਂ 47,000 ਯੋਜਨ ਆਏ ਹਾਂ। ਫਿਰ ਮਰਦਾਨੇ ਨੇ ਪੁੱਛਿਆ, ਗੁਰੂ ਜੀ ਅਸੀਂ ਸਾਰੇ ਜਿੰਨਾ ਸਫ਼ਰ ਕੀਤਾ ਹੈ ਕਿਤਨੇ ਯੋਜਨ ਆ ਗਏ ਹਨ ਆਏ ਹਨ? ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਆਖਿਆ, ਮਰਦਾਨਾ ਅਸੀਂ ਸਭੋ ਭਾਵ ਕੇ ਔਲ ਸਾਰੇ 99,000 ਯੋਜਨ ਆਏ ਹਾਂ, ਇੰਨਾ ਸਫ਼ਰ ਆਪਾਂ ਕਰ ਲਿਆ। ਤਾਂ ਫਿਰ ਮਰਦਾਨੇ ਨੇ ਪੁੱਛਿਆ, ਗੁਰੂ ਜੀ ਤੁਸੀਂ ਸੁਮੇਰ ਪਰਬਤ ਫਰਮਾਇਆ ਕਰਦੇ ਹੋ, ਸੁਮੇਰ
कितने योजन है ता गुरु नानक साहब जी आख्या मर्दाना इथों सुमेर 26,000 योजन है। हुण ध्यान जोड़ना इथे केड़ा सिद्ध आया है पूना पर्वत ते धन गुरु नानक साहब जी दे नाल गोष्ठ करन वास्ते वार्तालाप करन वास्ते गोरख दा भेजिया होया। पहला पंगरनाथ आया सी गोरख दा भेजिया होया, पहला परथरी नाथ आया सी गोरख दा भेजिया होया। जाके यतन करो के नानक तपा इहां ना पहुंचे। धन गुरु नानक साहब जी जद एहो ही विचारां करदे से इह विचारां कर रहे सन कि किन्ने किन्ने जोत पहुंच गए हां, जद एहो ही विचारां हो रहीआं सन विचारां करदे से करदे सन, इतने पिछों कनीफा कक्का नन्ना बिहारी फफा कन्ना कनीफा सिद्ध आए पहुंचा, इनू गोरख ने भेजिया सी तू जाके यतन करके नानक तपा अगे इहां ना आवे, मात लोक वापस चला जा। धन गुरु नानक साहब जी थोड़ा जिहा मुस्कुरा पाए। धन गुरु नानक, 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 धन गुरु नानक। जदों सतगुरु जी थोड़ा जिहा मुस्कुराए तो मरदाने ने पूछया सतगुरु जी आप क्यों हसे हो, क्यों मुस्कुराए हो। भाई साहब जी भाई संतोख सिंह जी भी अपनी काव्य रचना विच इसे तरह फरमा रहे हैं। उन्होंने अपनी शैली विच जिवें गुर प्रताप सूरज ग्रंथ की काव्य रचना की है उन्होंने अपने ढंग नाल लिखिया है। वाहिगुरु वाहिगुरु वाहिगुरु। धन गुरु नानक साहब जी कहा मरदानिया ये जो सिद्ध देखदा है तू तक रहा है तेन नजर पै रहा है इसका नाम कनीफा है। सतगुरु जी फरमाउन लगे ऐ मरदानिया इस सिद्ध का नाम कनीफा है, इसनू भी गोरख ने साडे नाल वार्तालाप करन वास्ते भेजिया है कि ये पिछा मुड़ जान अगे ना जान। ये गोरख का चेला है। गोरख साडे उपर चढ़ता कर करके वख वख ताकतां वाले सिद्धां नूं भेज रहा है। सिद्ध गोष्ठ पढ़िया करो प्यारिओ। धन गुरु ग्रंथ साहिब महाराज जी दी पवित्र गुरबाणी दे विचों बड़ा ज्ञान प्राप्त हुंदा है। सिद्ध गोष्ठ दी गुरबाणी रामकली राग दे विच है। सतगुरु जी फरमाया मरदानिया गोरख साडे उपर चढ़ता कर करके वख वख सिद्धां नूं जिन्हां दे कोल सिद्धियां हन ताकतां हन भेज रहा है कि इह पिछा मुड़ जावण अगे ना आवण।
ਤਾਂ ਮਰਦਾਨੇ ਆਖਿਆ ਗੁਰੂ ਜੀ ਜੇ ਮੈਨੂੰ ਹੁਕਮ ਹੋਵੇ ਤਾਂ ਮੈਂ ਉਸ ਜੋਗੀ ਨੂੰ ਚੜ੍ਹਿਓ ਗਾਟੇ ਕਰਾਂ। ਭਾਈ ਸਾਹਿਬ ਜੀ, ਭਾਈ ਸੰਤੋਖ ਸਿੰਘ ਜੀ, ਮੈਨੂੰ ਲੱਗਦਾ ਹੈ 704 ਤੋਂ 10 ਅੰਗ ਵਿੱਚ ਪੜ੍ਹਨਾ ਉਹਨਾਂ ਨੇ ਵੀ ਆਪਣੀ ਕਾਵ ਰਚਨਾ ਵਿੱਚ ਗੁਰਪ੍ਰਤਾਪ ਸੂਰਜ ਵਿੱਚ ਇਹੋ ਸ਼ਬਦ ਆਪਣੇ ਢੰਗ ਨਾਲ ਆਪਣੇ ਕਾਵ ਰਚਨਾ ਦੇ ਨਾਲ ਲਿਖੇ ਹਨ, ਜੋ ਹਰ ਗੁਰੂ ਘਰ ਵਿੱਚ ਸ਼ਾਮ ਨੂੰ ਜਦੋਂ ਕਥਾ ਹੁੰਦੀ ਹੈ ਪੜ੍ਹੇ ਜਾਂਦੇ ਹਨ। ਲੇਕਿਨ ਮਹਿੰਗੀ ਸ਼ੈਲੀ ਹੈ, ਮਹਿੰਗੇ ਅੱਖਰਾਂ ਵਿੱਚ ਲਿਖੇ ਹੋਏ ਹਨ, ਜਦ ਤੱਕ ਕੋਈ ਸਮਝਾ ਕੇ ਕਥਾ ਨਾ ਕਰੇ ਛੇਤੀ ਸਮਝ ਨਹੀਂ ਪੈਂਦੀ। ਮਰਦਾਨੇ ਨੇ ਕਿਹਾ ਕਿ ਜੇ ਤੁਸੀਂ ਹੁਕਮ ਕਰੋ ਤੇ ਮੈਂ ਇਸ ਨੂੰ ਸਬਕ ਸਿਖਾਵਾਂ, ਇਹਦੀਆਂ ਲੱਤਾਂ ਬਾਹਾਂ ਗਾਟੇ ਕਰਾਂ। ਧੰਨ ਗੁਰੂ ਨਾਨਕ ਸਾਹਿਬ ਜੀ, ਤੁਸੀਂ ਆਪ ਪੜ੍ਹਨਾ 243 ਅੰਗ ਸਾਖੀ ਖੂਨਾ ਪਰਬਤ ਦੀ ਚੱਲੀ, ਇਹਦੇ ਵਿੱਚ ਥੱਲੋਂ ਪੰਜਵੀਂ ਲਾਈਨ ਲੱਭ ਲੈਣਾ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਮਰਦਾਨਿਆਂ ਇੱਥੇ ਲੱਤਾਂ ਬਾਹਾਂ ਗਾਟੇ ਕੱਟਣ ਦੀ ਲੜਾਈ ਨਹੀਂ ਮਰਦਾਨਿਆਂ, ਸਰੀਰ ਦੀ ਲੜਾਈ ਨਹੀਂ ਮਰਦਾਨਿਆਂ, ਇੱਥੇ ਸ਼ਬਦ ਦੀ ਲੜਾਈ ਹੈ। ਅਸੀਂ ਕਰਤਾਰ ਨਾਲ ਜੋੜਨ ਵਾਲੇ ਹਾਂ, ਇਹ ਲੋਕ ਰਿੱਧੀਆਂ ਸਿੱਧੀਆਂ ਦੇ ਨਾਲ ਜੋੜਨ ਵਾਲੇ। ਮਰਦਾਨਿਆਂ ਇੱਥੇ ਚੜ੍ਹੇ ਗਾਟੇ ਕਰਨ ਦੀ ਲੜਾਈ ਨਹੀਂ, ਚੜ੍ਹੇ ਗਾਟੇ। ਮਰਦਾਨਾ ਕਿਤੇ ਕਹਿ ਬੈਠਾ ਕਿ ਤੁਸੀਂ ਹੁਕਮ ਕਰੋ ਤੇ ਮੈਂ ਫਿਜ਼ੀਕਲੀ ਇਹਦੇ ਨਾਲ ਝਗੜਾ ਕਰਾਂ, ਪਰ ਗੁਰੂ ਸਾਹਿਬ ਨੇ ਕਿਹਾ ਇੱਥੇ ਸਰੀਰ ਦਾ ਝਗੜਾ ਨਹੀਂ ਮਰਦਾਨਿਆਂ, ਇੱਥੇ ਮਾਰਨ ਕੱਟਣ ਦਾ ਝਗੜਾ ਨਹੀਂ, ਇੱਥੇ ਹੱਡੀਆਂ ਆਦਿ ਭੰਨਣ ਦਾ ਝਗੜਾ ਨਹੀਂ, ਇੱਥੇ ਸ਼ਬਦ ਦਾ ਝਗੜਾ ਹੈ, ਸ਼ਬਦ ਦਾ ਵਿਚਾਰ ਹੈ। ਉਹਨਾਂ ਦੇ ਸ਼ਬਦ ਅਕਾਲ ਪੁਰਖ ਨੂੰ ਪੂਰਨ ਤੌਰ ਤੇ ਨਹੀਂ ਪੈ ਮੰਨਦੇ, ਅਸਾਂ ਪੂਰਨ ਤੌਰ ਤੇ ਮਨਵਾਣੇ ਹਨ। ਅਸਾਂ ਸਾਰੇ ਸੰਸਾਰ ਨੂੰ ਇੱਕ ਓੰਕਾਰ ਦੇ ਇੱਕ ਓੰਕਾਰ ਦੇ ਨਾਲ ਜੋੜਨਾ ਹੈ, ਤਾਂ ਹੀ ਉੱਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਓੰਕਾਰ ਤੋਂ ਪਹਿਲੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਲਾ ਦਿੱਤਾ, ਤਾਂ ਕਿ ਪੂਰੀ ਦੁਨੀਆਂ ਦੇ ਜੀਵ ਇੱਕ ਆਖ ਕੇ ਓੰਕਾਰ ਆਖਣ। ਇਹ ਜਿੰਨਾ ਪਸਾਰਾ ਹੈ ਇੱਕ ਓੰਕਾਰ ਜੀ ਦਾ ਹੈ। ਮਰਦਾਨਿਆਂ ਇੱਥੇ ਸ਼ਬਦ ਦੀ ਲੜਾਈ ਹੈ, ਤਾਂ ਮਰਦਾਨੇ ਨੇ ਕਿਹਾ ਭਲਾ ਸਤਿਗੁਰੂ ਜੀ, ਤਾਂ ਮਰਦਾਨੇ ਕਿਹਾ ਭਲਾ ਗੁਰੂ ਜੀ, ਜਿਵੇਂ ਤੁਸੀਂ ਕਹਿੰਦੇ ਹੋ ਤਿਵੇਂ ਹੀ ਸੱਚ ਹੈ। ਇਤਨੇ ਮੈਂ ਕਨੀਫਾ ਸਿੱਧ ਬੋਲਿਆ, ਇਹਨੇ ਨੂੰ ਕਨੀਫਾ ਸਿੱਧ ਜਿਹੜਾ ਸੀ ਉਹ ਆਪਣੇ ਰਸਨਾ ਤੋਂ ਬੋਲਿਆ, ਜ਼ਬਾਨ ਤੋਂ ਬੋਲਿਆ, ਜੀਭਾ ਤੋਂ ਬੋਲਿਆ। ਉਹਨਾਂ ਦਿਨਾਂ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਉਮਰ ਭਲੀ ਸੀ, ਜਵਾਨ ਸੀ, ਸਿੱਧ ਬਾਲਾ ਕਹਿੰਦੇ ਸਨ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ। ਬਾਲਾ ਦਾ ਭਾਵ ਬਾਲਕ, ਜਵਾਨ, ਉਮਰ ਜੋ ਚੰਗੀ ਸੀ ਉਸ ਵੇਲੇ ਸਤਿਗੁਰਾਂ ਦੀ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਵੀ ਆਇਆ ਹੈ, ਸਿੱਧ ਆਖਣ ਸੁਣ ਬਾਲਿਆ, ਆਪਣਾ
نام تم دیہو بتائی وار 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 تو گرو پیارو کنیفہ سدھ بولیا سنو بالا ایتھے جو تو آیا ہے سو کیوں کر آیا ہے اینی اچھی جگہ تے اے نانک تپا اے بالا جو تو آیا ہے ایتھے کیویں پہنچیا ہے کیوں کر آیا ہے کیویں آیا ہے کیوں کر آیا کیوں کر آیا بولی جنم ساکھی دی ہے کیویں آیا ہے کیویں پہنچیا ہے ایتھے تا پہنچنا بہت اوکھا ہے گرو نانک جی کیا ہم جو آئے ہیں سو نرنکار دے درشن کو آئے ہیں اگو تان گرو نانک صاحب دی آکھیا کنیفہ سدھ نو اسیں جو آئے ہاں اسیں نرنکار دے درشن کرن واسطے آئے ہاں واہ 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 تان گرو نانک صاحب جی نے کنیفہ سدھ نو آکھیا اسی نرنکار دے درشن کرن واسطے آئے ہاں اسی اپنی یاترا تے چل رہے ہاں اجے گورکھ ناتھ دا سمیر پربت بہت اچا ہے گورکھ ناتھ من وچ چاہندا ہے وکھ وکھ سدھاں نو بھیج کے نانک اگے نہ آوے تا کنیفہ سدھ کیا کنیفے سدھ نے آکھیا ارے بالے اگے بھی کبھی نرنکار دا درشن کیا ہے کنیفہ کہن لگا تن گرو نانک صاحب جی نوں اے بالک اے بالے اگے بھی کدی نرنکار دے درشن کیتے ہن واہ کہ آپ ہی آئے ہو کہ ہنے آئے ہو اگے بھی کدی نرنکار دے درشن کیتے ہن جا ہن آئے ہو پہلی بار واہ 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 تاں گرو پیاریو تاں گرو نانک صاحب جی تاں گرو نانک جی کیا سن کنیفہ تاں گرو نانک صاحب جی آکھن لگے اے کنیفہ سدھ ہم آگے بھی درشن کیا ہے اسا اگے بھی درشن کیتے ہاں نرنکار جی ہن بھی آئے ہاں اب بھی آئے ہیں ہن بھی آئے ہیں داسرا کتھا کر رہا ہے جنم ساکھی پائی بالا جی والی دا پترا تھل دیتا ہے 246 انگ ہے اوپر لکھیا ہویا ہے سدھا نال گوشت ہوئی کنیفہ سدھ نال گوشت ہو رہی ہے تن گرو نانک صاحب جی آکھیا اے کنیفہ اسی اگے بھی درشن کیتے ہن ہن بھی آئے ہاں پھر آئے ہاں من وچ کنیفہ سدھ سوچن لگا کوئی آدمی تا ایتھے آ نہیں سکتا اے کوئی شکتی رکھتا ہے اے کوئی شکتی رکھتا ہے اے بالک عام بالک نہیں واہ ایویں تا نہیں سادھ سنگتا کی دا تن گرو نانک تن گرو نانک ایویں نہیں کہی دا گیان تیان کچھ کرم نہ جانا سار نہ جانا تیری سب تے بڑا ستگر نانک جن کل راکھی میری ایویں تنی تن گرو گرنتھ صاحب جی دے ایک ایک واک دے وچ جد تک تن گرو نانک
साहब जी का नाम नहीं आ जाता, हर गुरु घर दे विच संगत बैठी रहिंदी है। वाक लैण वाले गुरमुख प्यारे उन्ना चिर फतेह नहीं बुलाउंदे जिन्ना चिर तां गुरु नानक साहब जी का नाम नहीं आ जाता। वाहिगुरु वाहिगुरु, नानक गुरु गुरु है पूरा। गुरु नानक बोले दरगे परवान, जो धन गुरु नानक साहब जी बोलते हैं नानक दास, मुख ते जो बोले इहां उहां सच होवे। तां कनीफा सिद्ध किया, कनीफे सिद्ध ने आखिया अरे बाला तुम्हारा नाव क्या है? कनीफा सिद्ध आखन लगा ऐ बाला ऐ बालक ऐ नानक तपा खिमा कर देना, मेरे मुंह निकल गया है वो इन्ना कह रहा है तुम्हारा नाव क्या है और तुम होते कौन हो, तुसी कौन हो, तुहाडा नाम की है? उस वेले धन गुरु नानक साहब जी ने अपना नाम नानक निरंकारी रखिया। होर भी अगे शब्द लिखिया होया है, ओ आप तुसी 246 अंग सिद्धा नाल गोष्ठ जेड़ी हो रही है आप पढ़न दी कृपालता करनी। जे सारे शब्द दे अर्थ करांगे ते समा ज्यादा लग जावेगा। जदों धन गुरु नानक साहब जी ने अपना नाम नानक निरंकारी दस्या ते साध संगत इस शब्द नूं भाई साहब जी भाई संतोख सिंह जी ने अपनी काव्य रचना दे विच अपनी शैली विच अपने ढंग नाल लिख दिता है। तुसी गुर प्रताप सूरज विचों पढ़ लैणा जी। गुरु साहब ने एक ओंकार जी दी उस्तत कीती है सिद्धां नूं, कनीफा सिद्ध नूं वी आखिया एक अंकार हमारा साहिब। दास ने लास्ट वालियां पंक्तियां पढ़ दित्तियां हैं, अगों तुसी आप पढ़ना जां गुर प्रताप सूरज विचों इस शब्द नूं मिला लेना। भाई साहब जी ने किवें काव्य रचना विच इहदे अर्थ भाव कर दिते हैं गुर प्रताप सूरज दे विच। एकंकार हमारा साहिब, एक ओंकार जी मेरे साहिब हैं जिस हम साज निवाजे, सानू साजिया है निवाजिया कह नानक सुन हो कनीफा सुरत शब्द मिल गाजे। धन गुरु नानक साहब जी कहन लगे कनीफा साडी सुरत उस अकाल पुरख जी दे नाल जुड़ी हुई है, उस शब्द दे नाल असी गजदे वजदे। फिर कनीफा सिद्ध बोलिया अगे नानक जो तू नाम दसिया है तुमने गुरु कोई नहीं किया, चलो तुम गोरख को गुरु करे, तुहानू गोरख का चेला बना दईए, कन्न पड़ावो ते मुंद्रा पावो मुंद्रा पहरो। तां गुरु नानक जी जो भाई बाला वाली जन्म साखी दे विच लिखिया है 246 अंग ते, तां गुरु जी ने एक श्लोक आखिया जिवें लिखिया है दस रहे ने तिवें आप संगतां नूं सुना दिता है।
ਚੀਰਾ ਜਾਣੇ ਜੋਗੀ ਕਲ ਮਾਇਆ ਤੇ ਰਹਿ ਅਰੋਗੀ ਸੁਣ ਮੰਡਲ ਕੀ ਪਿਖਿਆ ਖਾਈ ਸਤ ਸੰਤੋਖ ਕੀ ਕਿੰਥਾ ਪਾਈ ਸਤ ਸੰਤੋਖ ਕੀ ਕਿੰਥਾ ਪਾਈ ਬਿਨ ਖੱਪਰ ਪਾਣੀ ਪੀਆ ਬਿਨ ਧਰਤੀ ਬਿਨ ਕੂਆ ਬਿਨ ਸਿੰਘੀ ਨਾਦ ਸ਼ਬਦ ਵਾਜੈ ਬਿਨ ਬਾਦਲ ਗਗਨਾ ਗਾਜੈ ਬਿਨਾਂ ਬੱਦਲ ਤੋਂ ਗਗਨ ਗੱਜਦਾ ਹੈ ਗਗਨ ਦਾ ਮਾਮਾ ਬਾਜੀਓ ਗੁਰਬਾਣੀ ਰੋਜ ਪੜ੍ਹਦੇ ਬਿਜਲੀ ਚਮਕਾਰਾ ਲਾਇਆ ਤਬ ਨਾਨਕ ਜੋਗ ਪਾਇਆ ਸਾਡਾ ਜੋਗ ਜਿਹੜਾ ਹੈ ਬੋਲੇ ਪਮਲਾ ਗਗਨ ਗਰਜੈ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਸੁਣੇ ਤਾਂ ਕਨੀਫਾ ਸਿੱਧ ਆਖਣ ਲੱਗਾ ਹੌਲਾ ਹੋ ਕਰ ਚਲਾ ਗਿਆ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਹੋਰ ਵੀ ਬਚਨ ਕੀਤੇ ਹਨ ਉਹ ਅਗਲੇ ਐਪੀਸੋਡ ਵਿੱਚ ਆਪ ਜੀ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਗੁਰ ਨਾਨਕ ਪ੍ਰਕਾਸ਼ ਵਿੱਚ 710 ਅੰਗ ਤੇ ਇਹ ਸਾਰੀ ਕਥਾ ਆ ਜਾਂਦੀ ਹੈ ਉੱਥੋਂ ਵੀ ਪੜ੍ਹਨ ਦੀ ਕੋਸ਼ਿਸ਼ ਕਰਨੀ ਕਿਉਂਕਿ ਗੁਰਸਿੱਖਾਂ ਦਾ ਕੰਮ ਹੈ ਗੁਰਬਾਣੀ ਨੂੰ ਪੜ੍ਹਨਾ ਗੁਰੂ ਸਾਹਿਬ ਜੀ ਦੇ ਜੀਵਨ ਨੂੰ ਪੜ੍ਹਨਾ ਦਾਸ ਦਿਲਬਾਗ ਸਿੰਘ ਪਾਸੋਂ 246 ਅੰਗ ਤੱਕ ਭਾਈ ਬਾਲਾ ਜੀ ਵਾਲੀ ਜਨਮ ਸਾਖੀ ਵਿੱਚੋਂ ਕਥਾ ਕਰਦੇ ਆ ਇੱਕ ਨਹੀਂ ਬਹੁਤ ਭੁੱਲਾਂ ਹੋ ਗਈਆਂ ਹਨ ਦਸਰੇ ਨੂੰ ਖਿਮਾ ਕਰ ਦੇਣਾ ਜਿਨ੍ਹਾਂ ਸੰਗਤਾਂ ਨੇ ਸਰਵਣ ਕੀਤਾ ਹੈ ਆਪ ਵੀ ਮੇਰੀਆਂ ਭੁੱਲਾਂ ਨਾ ਚਿਤਾਰਨਾ ਖਿਮਾ ਕਰ ਦੇਣਾ ਜੁਗੋ ਜੁਗਾ ਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੁਸੀਂ ਵੀ ਦਾਸ ਨੂੰ ਖਿਮਾ ਕਰ ਦੇਣ ਦੀ ਕਿਰਪਾਲਤਾ ਕਰੋ ਆਪ ਸਭਨਾਂ ਨੂੰ ਖਿਮਾ ਕਰ ਦੇਣ ਵਾਲੇ ਹੋ ਆਪ ਕਿਰਪਾ ਕਰ ਦਿੰਦੇ ਹੋ ਸਭ ਤੇ ਸਭ ਨੂੰ ਬਖਸ਼ ਦਿੰਦੇ ਹੋ ਇਹ ਸਾਰੀ ਸੇਵਾ ਯੂਟਿਊਬ ਨੇ ਕੀਤੀ ਹੈ ਭਾਗਾਂ ਵਾਲੀ ਹੈ ਯੂਟਿਊਬ ਜਿਨ੍ਹਾਂ ਨੇ ਇਹ ਗੁਰੂ ਵਾਲਾ ਪਾਸਾ ਉਹਨਾਂ ਮਨਾਂ ਵਾਸਤੇ ਬਣਾਇਆ ਹੈ ਜਿਹੜੇ ਮਨ ਭੁੱਲ ਗਏ ਹਨ ਦੁਨੀਆਂ ਦੇ ਵਿੱਚ ਆ ਕੇ ਗਵਾਚ ਗਏ ਹਨ ਆਪਣਾ ਘਰ ਹੀ ਜਿਨ੍ਹਾਂ ਨੂੰ ਭੁੱਲ ਗਿਆ ਹੈ ਇਹ ਪੌੜੀਆਂ ਧੰਨ ਗੁਰੂ ਨਾਨਕ ਸਾਹਿਬ ਜੀ ਦੀਆਂ ਸਾਖੀਆਂ ਗੁਰਬਾਣੀ ਨਿਰੋਲ ਪਾਠ ਹਰਿਮੰਦਰ ਸਾਹਿਬ ਤੋਂ ਕੀਰਤਨ ਹੋਰ ਕਿਤਨੇ ਮਹਾਂਪੁਰਖਾਂ ਦੇ ਬਚਨ ਇਹ ਜਿਹੜੀਆਂ ਪੌੜੀਆਂ ਰੱਬ ਵੱਲ ਜਾ ਰਹੀਆਂ ਹਨ ਵਾਹਿਗੁਰੂ ਜੀ ਯੂਟਿਊਬ ਦੀ ਇਹ ਸੇਵਾ ਸਫਲੀ ਕਰਨੀ ਜਿੰਨੇ ਵੀ ਵਰਕਰ ਹਨ ਸੇਵਕ ਹਨ ਸੇਵਾਦਾਰ ਹਨ ਯੂਟਿਊਬ ਵਾਲੇ ਹਨ ਇਹਦਾ ਫਲ ਯੂਟਿਊਬ ਵਾਲਿਆਂ ਨੂੰ ਬਖਸ਼ਿਸ਼ ਕਰ ਦੇਣ ਦੀ ਕਿਰਪਾਲਤਾ ਕਰਨੀ ਆਪਣਾ ਮਿਹਰ ਭਰਿਆ ਯੂਟਿਊਬ ਦੇ ਸਿਰ ਤੇ ਹੱਥ ਰੱਖਣਾ ਗੁਰਬਾਣੀ ਦੀ ਚਾਰ ਲੀਡਸ ਯੂਕੇ ਤੋਂ ਇਹ ਭਾਈ ਬਾਲਾ ਜੀ ਵਾਲੀ ਜਨਮ ਸਾਖੀ ਦੇ ਵਿੱਚੋਂ 246 ਅੰਗ ਤੱਕ ਕਨੀਫੇ ਸਿੱਧ ਦੀ ਸਾਖੀ ਚੱਲ ਰਹੀ ਹੈ ਜੋ ਧੰਨ ਗੁਰੂ ਅੰਗਦ ਦੇਵ ਜੀ ਸਰਵਣ ਕਰ ਰਹੇ ਹਨ ਭਾਈ ਮਰਦਾਨਾ ਜੀ ਸੁਣਾ ਰਹੇ ਹਨ ਸੁਲਤਾਨਪੁਰ ਦੇ ਪੈੜਾ ਮੋਖਾ ਜੀ ਲਿਖ ਰਹੇ ਹਨ ਜੋ ਸਾਰਾ ਇਹ ਇਤਿਹਾਸ ਜਨਮ ਸਾਖੀ ਦੇ ਵਿੱਚ ਆ ਗਿਆ ਹੈ ਜਿਹੜਾ ਆਪਾਂ ਪੈੜਾ ਮੋਖਾ ਜੀ ਦਾ ਲਿਖਿਆ ਹੋਇਆ ਧੰਨ ਗੁਰੂ ਅੰਗਦ ਦੇਵ ਜੀ ਦਾ ਸਰਵਣ ਕੀਤਾ ਹੋਇਆ ਭਾਈ ਸਾਹਿਬ ਭਾਈ ਬਾਲਾ ਜੀ ਸੰਧੂ ਉਹਨਾਂ ਦਾ ਲਿਖਵਾਇਆ ਹੋਇਆ ਅੱਜ ਪੜ੍ਹ ਰਹੇ ਹਾਂ ਬਿਨਾਂ ਗੁਰਬਾਣੀ ਤੋਂ ਬਿਨਾਂ ਗੁਰੂ ਸਾਹਿਬ ਜੀ ਤੋਂ ਪਿਆਰੇ ਉਹ ਇਸ ਵੇਲੇ ਕੋਈ ਆਸਰਾ ਨਹੀਂ ਨਾਮ ਜਪਿਆ ਕਰੋ ਸਿਮਰਨ ਕਰਿਆ ਕਰੋ ਗੁਰਬਾਣੀ ਪੜਿਆ ਕਰੋ ਗੁਰਬਾਣੀ ਬਿਨਾਂ ਇਸ ਵੇਲੇ ਕੋਈ ਚਾਨਣਾ ਨਹੀਂ ਗੁਰਬਾਣੀ ਇਸ ਜਗ ਮੈਂ ਚਾਨਣ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।